ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਟਾਰ ਕੈਨੇਡਾ ਟੀ ਵੀ ਅਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਕੌਰ। ਸਵਾਗਤ ਹੈ ਤੁਹਾਡਾ ਸਟਾਰ ਅਪਡੇਟ ਦੇ ਵਿੱਚ। ਅੱਜ ਦੇ ਬੱਚੇ ਹੋਣ ਭਾਵੇਂ ਨੌਜਵਾਨ, ਇਹਨਾਂ ਦਾ ਰੁਝਾਨ ਗੇਮਸ ਦੇ ਵੱਲ ਵਧੇਰੇ ਵੱਧ ਰਿਹਾ। ਇਹ ਰੁਝਾਨ ਇਹਨਾਂ ਦਾ ਕਿੰਨਾ ਕੁ ਖਤਰਨਾਕ ਹੋ ਸਕਦਾ, ਇਸ ਇੱਕ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਪਠਾਨਕੋਟ ਤੋਂ, ਜਿੱਥੇ ਕਿ ਇੱਕ 12ਵੀਂ ਦੇ ਵਿੱਚ ਪੜ੍ਹਦੇ ਨੌਜਵਾਨ ਨੂੰ ਪਬਜੀ ਦਾ ਇੰਨਾ ਜ਼ਿਆਦਾ ਚਸਕਾ ਪੈ ਗਿਆ ਕਿ ਉਹ ਘੰਟਿਆਂ ਘੰਟਿਆਂ ਤੱਕ ਇਸ ਗੇਮ ਨੂੰ ਖੇਡਦਾ ਰਹਿੰਦਾ ਸੀ ਅਤੇ ਉਸਦੀ ਹਾਲਤ ਇੰਨੀ ਜ਼ਿਆਦਾ ਵਿਗੜ ਗਈ ਕਿ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ। ਮੇਰੇ ਫਰੈਂਡ ਕਹਿੰਦੇ ਸੀ ਨਾ ਵੀ ਸਹੀ ਆ ਗੇਮ, ਅਤੇ ਉਹਨਾਂ ਨਾਲ ਦੇਖ ਕੇ ਫਿਰ ਮੈਂ ਖੇਡਣਾ ਸ਼ੁਰੂ ਕੀਤਾ। ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਗੇਮ ਨਾ ਖੇਡੋ, ਖਤਰਨਾਕ। ਅੱਜ ਦੇ ਡਿਜੀਟਲ ਜ਼ਮਾਨੇ ਦੇ ਵਿੱਚ ਬੱਚੇ ਹੋਣ ਜਾਂ ਨੌਜਵਾਨ ਪਬਜੀ ਦੇ ਸ਼ਿਕਾਰ ਨੇ ਅਤੇ ਕਈ ਕਈ ਘੰਟਿਆਂ ਤੱਕ ਪਬਜੀ ਖੇਡਦੇ ਰਹਿੰਦੇ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਪਠਾਨਕੋਟ ਤੋਂ, ਜਿੱਥੇ ਇੱਕ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਬੱਚੇ ਨੂੰ ਪਬਜੀ ਦਾ ਇੰਨਾ ਜ਼ਿਆਦਾ ਚਸਕਾ ਪੈ ਗਿਆ ਕਿ ਉਹ ਕਈ ਕਈ ਘੰਟਿਆਂ ਤੱਕ ਪਬਜੀ ਦੇ ਵਿੱਚ ਹੀ ਵਿਅਸਤ ਰਹਿਣ ਲੱਗਿਆ ਅਤੇ ਰੋਜ਼ਾਨਾ ਉਹ ਇਸੇ ਪ੍ਰਕਾਰ ਕਈ ਕਈ ਘੰਟਿਆਂ ਤੱਕ ਪਬਜੀ ਖੇਡਦਾ ਰਹਿੰਦਾ ਸੀ। ਇੱਕ ਦਿਨ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਫਿਲਹਾਲ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਬੱਚੇ ਨੇ ਦੱਸਿਆ ਕਿ ਆਪਣੇ ਦੋਸਤਾਂ ਨੂੰ ਦੇਖ ਕੇ ਪਬਜੀ ਖੇਡਣ ਲੱਗਿਆ ਸੀ ਅਤੇ ਉਸਨੂੰ ਪਬਜੀ ਦਾ ਇੰਨਾ ਜ਼ਿਆਦਾ ਚਸਕਾ ਪੈ ਗਿਆ ਕਿ ਉਹ ਕਈ ਕਈ ਘੰਟਿਆਂ ਤੱਕ ਪਬਜੀ ਖੇਡਦਾ ਰਹਿੰਦਾ। ਜੇਤੂ ਦਾ ਮੇਰਾ ਨਾਮ ਸਾਹਿਲ ਹੈ ਅਤੇ ਮੈਂ ਸ਼ਿਵਾਜੀ ਨਗਰ ਵਿਦਿਆ ਮੰਦਿਰ ਸਕੂਲ 'ਚ ਪੜ੍ਹਨਾ, ਪਲੱਸ ਟੂ ਕਲਾਸ 'ਚ ਪੜ੍ਹਨਾ ਅਤੇ 2 ਦਿਨ ਹੋ ਗਏ ਮੈਨੂੰ ਪਬਜੀ ਖੇਡਦੇ, ਅਤੇ ਕੱਲ੍ਹ ਜਦੋਂ ਮੈਂ ਖੇਡ ਰਿਹਾ ਸੀ ਅਤੇ ਟਾਰਗੇਟ ਕਰਦੇ ਕਰਦੇ ਫਿਰ ਇਸ ਤੋਂ ਬਾਅਦ ਮੈਂ ਫੋਨ ਰੱਖਤਾ, ਜਿਸ ਕਰਕੇ ਮੇਰੀ ਹਾਰਟ ਬੀਟ ਤੇਜ਼ ਹੋ ਗਈ ਅਤੇ ਫਿਰ ਮੈਂ ਘਰਦਿਆਂ ਨੂੰ ਕਿਹਾ ਕਿ ਮੈਨੂੰ ਹੋਸਪਿਟਲ ਲੈ ਜਾਓ, ਅਤੇ ਫਿਰ ਘਰ ਦੇ ਹੋਸਪਿਟਲ ਲੈ ਕੇ ਆਏ। ਕਿਹਦੇ ਵੱਲ ਦੇਖ ਕੇ ਗੇਮ ਖੇਡਣੀ ਸ਼ੁਰੂ ਕੀਤੀ? ਮੇਰੇ ਫਰੈਂਡ ਕਹਿੰਦੇ ਸੀ ਨਾ ਵੀ ਸਹੀ ਆ ਗੇਮ, ਅਤੇ ਉਹਨਾਂ ਨਾਲ ਦੇਖ ਕੇ ਫਿਰ ਮੈਂ ਖੇਡਣਾ ਸ਼ੁਰੂ ਕੀਤਾ। ਇਸ ਗੇਮ ਨਾਲ ਪਹਿਲਾਂ ਵੀ ਕਈ ਜਿਹੜੇ ਹਾਦਸੇ ਹੋ ਚੁੱਕੇ, ਇਹਦੇ ਬਾਰੇ ਤੁਹਾਨੂੰ ਪਤਾ ਨਹੀਂ? ਹਾਂਜੀ ਪਤਾ ਜੀ, ਪਰ ਮੈਂ ਕਿਹਾ ਇੱਕ ਵਾਰੀ ਖੇਡ ਲਈ, ਫਿਰ ਮੈਂ ਡਾਊਨਲੋਡ ਕਰਕੇ ਫਿਰ ਮੈਂ ਖੇਡਣੀ ਸ਼ੁਰੂ ਕੀਤੀ। ਕਿੰਨੇ ਕਿੰਨੇ ਘੰਟੇ ਖੇਡੀ ਗੇਮ? ਇਹ ਲਗਾਤਾਰ 4-5 ਘੰਟੇ ਖੇਡੀ। ਅਤੇ ਫਿਰ ਹੁਣ ਕੀ ਕਹਿਣਾ ਚਾਹੁੰਦੇ ਬਾਕੀਆਂ ਨੂੰ ਵੀ ਕਿ ਜੇ ਗੇਮ ਨਾਲ ਕੀ? ਮੈਂ ਬਾਕੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਖਤਰਨਾਕ ਹੈ ਗੇਮ, ਅਤੇ ਜਿੱਦਾਂ ਮੇਰੇ ਨਾਲ ਹੋਇਆ ਕਿਸੇ ਨਾਲ ਨਾ ਹੋਏ, ਅਤੇ ਇਹ ਗੇਮ ਨਾ ਖੇਡੇ ਕੋਈ ਤਾਂ ਹੀ ਬਿਹਤਰ। ਹਾਂਜੀ, ਸਰਕਾਰ ਨੂੰ ਵੀ ਬੈਨ ਕਰਨੀ ਚਾਹੀਦੀ ਹੈ, ਖਤਰਨਾਕ ਹੈ, ਅਤੇ ਇਸ ਕਰਕੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਗੇਮ ਨਾ ਖੇਡੋ, ਖਤਰਨਾਕ। ਇਹ ਰਜਾਈ ਦੇ ਵਿੱਚ ਮੂੰਹ ਦੇ ਕੇ ਲੱਗਾ ਰਹਿੰਦਾ ਸੀ 4-5 ਘੰਟੇ ਖੇਡਣਾ, ਅਤੇ ਕੱਲ੍ਹ ਰਾਤੀ ਮੈਂ ਉਹਨੂੰ ਦੇਖਿਆ ਅਤੇ ਲੱਗਦਾ ਸੀ ਖੇਡਣ ਲੱਗਦਾ ਸੀ, ਅਤੇ ਇਹ ਕਹਿੰਦਾ ਮੈਂ 2 ਦਿਨ ਤੋਂ ਖੇਡ ਰਿਹਾ ਅਤੇ ਅੱਜ ਇਹ ਹਾਲਾਤ ਇਹਦੇ ਬਣੇ। ਕਿਸ ਤਰ੍ਹਾਂ ਹਾਲਾਤ ਬਣੇ ਫਿਰ, ਕਿ ਜਿਹੜਾ ਹੋਸਪਿਟਲ ਲੈਣਾ ਪਿਆ? ਇਹਦੀ ਹਾਰਟ ਬੀਟ ਤੇਜ਼ ਹੋ ਗਈ ਸੀਗੀ ਅਤੇ ਕਾਲੀ ਇੱਦਾਂ ਹੀ ਕਾਲੇ ਪੰਜ ਮਹਿਸੂਸ ਕਰ ਰਿਹਾ ਸੀ, ਬਾਹਰ ਨਿਕਲ ਕੇ ਜਾ ਰਿਹਾ ਸੀ, ਅਤੇ ਫਿਰ ਰਾਤ ਨੂੰ ਆਪਾਂ 11 ਵਜੇ ਡਾਕਟਰ ਕਨਵਰਤੇ ਲੈ ਕੇ ਆਏ। ਸਾਹਿਲ ਬੱਚਾ ਹੈ ਮੇਰੇ ਕੋਲ ਦਾਖਲ ਹੈਗਾ, ਉਹ ਆਇਆ ਤਾਂ ਬਿਹੇਵੀਅਰ ਚੇਂਜਿਸ ਨਾਲ ਸੀ, ਰੈਲਵੈਂਟ ਬਿਹੇਵੀਅਰ, ਵਾਇਲੈਂਟ ਬਿਹੇਵੀਅਰ। ਉਹ ਹਿਸਟਰੀ ਲੈ ਕੇ ਪਤਾ ਲੱਗਿਆ ਕਿ ਉਹ ਪਿਛਲੇ 2 ਦਿਨ ਤੋਂ ਲਗਾਤਾਰ ਇੱਕ ਚਾਈਨੀਜ਼ ਗੇਮ ਹੈ ਪਬਜੀ ਕਰਕੇ, ਤੋ ਲਗਾਤਾਰ ਹੀ ਖੇਡੀ ਜਾਂਦਾ ਪਿਆ। ਉਹਨੂੰ ਅਡਿਕਟ ਹੈਗਾ, ਪਿਛਲੇ ਮਹੀਨੇ ਤੋਂ ਲਗਾਤਾਰ ਹੀ ਚਾਈਨੀਜ਼ ਗੇਮ ਖੇਡੀ ਜਾ ਰਿਹਾ, ਉਹ 2 ਦਿਨ ਤੋਂ ਕੰਟੀਨਿਊਸਲੀ ਡੇ ਐਂਡ ਨਾਈਟ ਕਰੀ ਜਾ ਰਿਹਾ। ਉਹ ਵੈਸੇ ਬੱਚਿਆਂ ਨੂੰ ਤਾਂ ਬੜਾ ਹਾਈ ਰਿਸਕ ਹੈਗਾ ਇਹ ਗੇਮਸ, ਅਤੇ ਫਿਟ ਸਪੈਨ ਦਾ ਖਤਰਾ ਹੁੰਦਾ, ਬਿਹੇਵੀਅਰ ਚੇਂਜਿਸ, ਸਾਈਕੇਟ੍ਰਿਕ ਨਿਊਰੋ ਸਾਈਕੇਟ੍ਰਿਕ ਚੇਂਜਿਸ ਆ ਜਾਂਦੀ ਹੈ। ਤੋ ਪੇਰੈਂਟਸ ਨੂੰ ਚਾਹੀਦਾ ਕਿ ਇਹ ਜੇ ਕੋਈ ਬੱਚੇ ਜ਼ਿਆਦਾ ਇਹਨਾਂ ਨੂੰ ਜਿਹੜੇ ਟੱਚ ਵਾਲੇ ਮੋਬਾਈਲ ਨਹੀਂ ਦੇਣੇ ਚਾਹੀਦੇ, ਅਗਰ ਦੇਣੇ ਵੀ ਹੈ ਤਾਂ ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ। ਸਟਾਰ ਕੈਨੇਡਾ ਟੀਵੀ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ। ਅੱਜ ਦੇ ਸਮੇਂ ਦੇ ਵਿੱਚ ਪਾਣੀ ਦੀ ਬੱਚਤ ਕਿੰਨੀ ਜ਼ਿਆਦਾ ਜ਼ਰੂਰੀ ਹੈ, ਇਹ ਸਭ ਜਾਣਦੇ ਨੇ। ਇਸੇ ਬੱਚਤ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਪ੍ਰੋਜੈਕਟ ਲਗਾਇਆ, ਜਿਸ ਦੇ ਤਹਿਤ ਉਹ ਬਰਸਾਤ ਦੇ ਪਾਣੀ ਦੀ ਬੂੰਦ ਬੂੰਦ ਬਚਾ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸਤਰ ਲਗਾਤਾਰ ਨੀਚੇ ਹੁੰਦਾ ਜਾ ਰਿਹਾ, ਜਿਸ ਦੇ ਚਲਦੇ ਪਾਣੀ ਨੂੰ ਬਚਾਉਣਾ ਮਹੱਤਵਪੂਰਨ ਹੋ ਗਿਆ ਤੇ ਕੁਝ ਨੌਜਵਾਨ ਇਸ ਪਾਣੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਕੁਝ ਨੌਜਵਾਨ ਬਰਸਾਤ ਦੇ ਪਾਣੀ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਨੌਜਵਾਨਾਂ ਨੇ ਬਾਬਾ ਕਾਰਜੀ ਸਟੇਡੀਅਮ ਦੇ ਵਿੱਚ ਇੱਕ ਪ੍ਰੋਜੈਕਟ ਲਗਾਇਆ, ਜਿਸ ਦੇ ਵਿੱਚ ਇਹ ਬਰਸਾਤ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਬਚਾਉਂਦੇ ਨੇ। ਤੇ ਨਾਲ ਹੀ ਇਹਨਾਂ ਨੌਜਵਾਨਾਂ ਨੇ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ। ਇਹ ਨੌਜਵਾਨ ਸ਼ਹਿਰ ਦੀ ਗਲੀ ਦੇ ਵਿੱਚ ਘੁੰਮਦੇ ਨੇ ਤੇ ਕੋਈ ਵੀ ਬੇਕਾਰ ਚਲਦੀ ਟੂਟੀ ਨੂੰ ਬੰਦ ਕਰਦੇ ਨੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ।
कि ਉਹ ਪਾਣੀ ਨੂੰ ਵਿਅਰਥ ਨਾ ਜਾਣ ਦੇਣ। ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਵਿੱਚ ਕੋਈ ਵੀ ਫੰਡ ਨਹੀਂ ਦਿੱਤਾ ਗਿਆ, ਪਰ ਕੁਝ NRI ਲੋਕਾਂ ਦੀ ਮਦਦ ਦੇ ਨਾਲ ਉਹ ਖੁਦ ਪੈਸੇ ਇਕੱਠੇ ਕਰ ਰਹੇ ਨੇ ਤੇ ਇਸ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਨੇ। ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਪ੍ਰੋਜੈਕਟ ਲਗਾਉਣ ਦੀ ਸਿਰਫ ਇਜਾਜ਼ਤ ਦਿੱਤੀ ਗਈ ਹੈ, ਇਸ ਤੋਂ ਇਲਾਵਾ ਕੋਈ ਵੀ ਫੰਡ ਨਹੀਂ ਦਿੱਤਾ ਗਿਆ। ਨਹੀਂ, ਲੋਕਾਂ ਦਾ ਸਾਥ ਤਾਂ ਸਾਡੇ ਜਿੰਨੇ ਲੋਕਲ ਲੋਕ ਸੀਗੇ ਜਿਹਨੂੰ ਵੀ ਆਪਾਂ ਮਦਦ ਲਈ ਬੁਲਾਇਆ, ਹਰ ਕੋਈ ਇੱਥੇ ਪਹੁੰਚਿਆ। ਜਿੰਨੇ ਸਾਡੇ ਫਰੈਂਡ ਸਰਕਲ 'ਚ NRI ਵੀਰ ਸੀਗੇ ਉਹਨਾਂ ਸਾਰਿਆਂ ਸਾਡਾ ਬਹੁਤ ਸਹਿਯੋਗ ਦਿੱਤਾ, ਪੈਸੇ 'ਚ ਵੀ ਮਦਦ ਕੀਤੀ, ਜਿਹੜਾ ਜਿਹੜੀ ਚੀਜ਼ ਦੇ ਸਕਦਾ ਸੀਗਾ ਉਹਨੇ ਸਾਨੂੰ ਮਤਲਬ ਉਹ ਚੀਜ਼ ਪ੍ਰੋਵਾਈਡ ਕਰਵਾਈ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ। ਬਾਕੀ ਸਰਕਾਰ ਵੱਲੋਂ ਆਪਾਂ ਸਿਰਫ BDO ਦੀ ਪਰਮਿਸ਼ਨ ਲਈ ਸੀਗੀ, ਨਾ ਸਰਕਾਰੀ ਤੌਰ 'ਤੇ ਕੋਈ ਸਾਡੇ ਕੋਲ ਪਹੁੰਚਿਆ ਸੀਗਾ, ਨਾ ਕਿਸੇ ਨੇ ਪਹੁੰਚ ਕੀਤੀ ਆ, ਔਰ ਨਾ ਹੀ ਕਿਸੇ ਦੀ ਪੈਸੇ ਵੱਲੋਂ ਜਾਂ ਉੱਦਾਂ ਕੋਈ ਸਰਕਾਰ ਵੱਲੋਂ ਮਦਦ ਹੋਈ ਹੈ ਸਾਡੀ। ਇਹ ਜਿਹੜਾ ਕੰਮ ਇਹ ਲੇਬਰ ਨੇ ਕੀਤਾ ਕਿ ਹੱਥੀਂ ਕੀਤਾ ਜੀ? ਨਹੀਂ, ਲੇਬਰ ਨੇ ਵੀ ਕੀਤਾ, ਜਿਹੜਾ ਕੰਮ ਲੇਬਰ ਦੇ ਕਰਨ ਵਾਲਾ ਸੀ ਉਹ ਲੇਬਰ ਨੇ ਕੀਤਾ, ਬਾਕੀ ਅਸੀਂ ਖੁਦ ਵੀ ਹੱਥੀਂ ਜਿੰਨਾ ਕੰਮ ਆਪਾਂ ਇੱਥੇ ਕਰ ਸਕਦੇ ਸੀ ਆਪਾਂ ਖੁਦ ਵੀ ਕੀਤਾ। ਜਿਹੜਾ ਕੰਮ ਸਾਡੀ ਜ਼ਰੂਰਤ ਸੀ ਆਪਾਂ ਜਿੰਨੇ ਆਪਣੇ ਦੋਸਤ ਜਿੰਨੇ ਇਕੱਠੇ ਹੋ ਸਕਦੇ ਸੀਗੇ ਆਪਾਂ ਇਕੱਠੇ ਹੋ ਗਏ ਉਹ ਕੰਮ ਕਰਕੇ ਅਤੇ ਕੰਮ ਨੂੰ ਨਿਪੜੇ ਚਾੜਿਆ ਪ੍ਰੋਜੈਕਟ ਨੂੰ। ਆਉਣ ਵਾਲੇ ਦਿਨਾਂ 'ਚ ਇਹੋ ਸੋਚਿਆ ਵੀ ਆਪਾਂ 2 ਵਾਟਰ ਹਾਰਵੈਸਟਿੰਗ ਸਿਸਟਮ ਜਿਹੜਾ ਇਹ ਸਕਸੈਸਫੁਲ ਹੋਇਆ ਸਾਡਾ ਪ੍ਰੋਜੈਕਟ, ਔਰ ਬਹੁਤ ਦੂਰ ਦੂਰ ਤੱਕ ਮੈਨੂੰ ਖੁਦ ਵੀ ਪਰਸਨਲੀ ਫੋਨ ਕਾਲਸ ਵੀ ਆਉਂਦੇ ਨੇ ਜਾਂ ਫੇਸਬੁੱਕ ਤੋਂ ਲੋਕ ਦੇਖਦੇ ਨੇ ਜਾਂ ਕਿੱਦਾਂ ਮਾਲਵੇ 'ਚੋਂ ਵੀ ਕਾਫੀ ਫੋਨ ਕਾਲਸ ਵੀ ਆਈਆਂ ਜਿਨ੍ਹਾਂ ਨੇ ਪੁੱਛਿਆ ਵੀ ਇਹ ਪ੍ਰੋਜੈਕਟ ਕਿਵੇਂ ਲਾਇਆ, ਔਰ ਬਹੁਤ ਲੋਕਾਂ ਨੇ ਸਾਨੂੰ ਪੁੱਛਿਆ ਜਿਹਦੇ ਬਾਰੇ ਜਾਣਕਾਰੀ ਲਈ। ਆਪਾਂ ਸੋਚਿਆ ਵੀ ਆਪਣਾ ਇਹ ਪ੍ਰੋਜੈਕਟ ਸਕਸੈਸਫੁਲ ਹੋਇਆ ਤਾਂ ਆਪਾਂ ਸੋਚ ਰਹੇ ਹਾਂ ਵੀ ਹੁਣ 2 ਪ੍ਰੋਜੈਕਟ ਆਪਾਂ ਹੋਰ ਇਹਦੇ ਨਾਲ ਦੇ ਲਗਾਵਾਂਗੇ ਆਪਣੇ ਸ਼ਹਿਰ ਦੇ ਵਿੱਚ। ਸਰ, ਸਾਡੇ 4 ਕਿਲੇ ਦਾ ਸਟੇਡੀਅਮ ਹੈ ਜੀ, ਸਾਰੇ ਪਾਣੀ ਦਾ ਨਵਾਨ ਇਸ ਜਗ੍ਹਾ 'ਤੇ ਇਕੱਠਾ ਹੁੰਦਾ ਸੀ, ਅਤੇ ਇਸ ਕਰਕੇ ਇਹ ਜਗ੍ਹਾ ਚੂਜ਼ ਕੀਤੀ। ਬਾਕੀ ਮਿਹਨਤ ਵੇਖੋ ਜੀ, ਕੋਈ ਕੰਮ ਕਰਨੇ ਮਿਹਨਤ ਕਰਨੀ ਪੈਂਦੀ ਹੈ, ਬਿਨਾਂ ਮਿਹਨਤ ਕੀਤੇ ਆ ਤਾਂ ਕੋਈ ਗੱਲ ਨਹੀਂ ਹੁੰਦੀ। ਬਾਕੀ ਇਹ ਹੈ ਕਿ ਜਦੋਂ ਦਾ ਇਹ ਪ੍ਰੋਜੈਕਟ ਲਾਇਆ ਅਤੇ ਕਾਫੀ ਅੜਚਣਾ ਆਈਆਂ ਲੋਕਾਂ ਕੇ ਕਿ ਇਹ ਕਰਨ ਡੇ ਹੋਰ ਇਹ ਹੋਣਾ ਵੋ ਹੋ ਜਾਣਾ, ਬਾਕੀ ਕ੍ਰਿਟੀਸਾਈਜ਼ ਕਰਨ ਵਾਲੇ ਜ਼ਿਆਦਾ ਸੀ, ਹੱਲਾਸ਼ੇਰੀ ਦੇਣ ਵਾਲੇ ਘੱਟ ਹੀ, ਬਟ ਅਸੀਂ ਕਈ ਪ੍ਰਵਾਹ ਨਹੀਂ ਕੀਤੀ ਕਿਉਂਕਿ ਸਾਡੀ ਨੀਅਤ ਸਾਫ਼ ਹੀ, ਇਹਨੂੰ ਪਤਾ ਕਿ ਕੋਈ ਕੀੜਾ ਕਿਤੇ ਕੋਈ ਹੱਲ ਮਸਲਾ ਫੇਰੀ ਹੱਲ ਹੋਣਾ, ਵੱਧ ਤੋਂ ਵੱਧ ਨੁਕਸਾਨ ਹੋ ਜੂਗਾ, ਬਟ ਕੁਦਰਤ ਨੇ ਸਾਥ ਦਿੱਤਾ, ਬਾਬੇ ਨਾਨਕ ਕਿਰਪਾ ਸਰਕਾਰ ਹੀ। ਸਰਕਾਰ ਵੱਲੋਂ ਸਰ BDO ਦੀ ਪਰਮਿਸ਼ਨ ਓਨਲੀ, ਉਹ ਵੀ 1-2 ਦਿਨ ਭੱਜੇ ਅਤੇ ਫਿਰ ਉਸ ਤੋਂ ਬਾਅਦ BDO ਦੀ ਪਰਮਿਸ਼ਨ ਮਿਲੀ, ਉਸ ਤੋਂ ਬਾਅਦ ਸਰਕਾਰ ਦਾ ਕੋਈ ਨਹੀਂ। ਬਾਕੀ ਸਾਰੇ ਸਾਡੀ ਲੋਕਲ ਟੀਮ ਜਿਹੜੀ ਆਪਣੀ ਮੁੰਡਿਆਂ ਦੇ ਵੀਰ ਨੇ ਅਤੇ ਜਿਹੜੇ ਆਪਣੇ ਸੱਜਣ ਲੋਕਲ ਨੇ ਉਹਨਾਂ ਦੇ ਸਾਰੇ ਸਾਥ। ਗੱਲ ਕੀਤੀ ਜਾਵੇ ਇਸ ਪ੍ਰੋਜੈਕਟ 'ਤੇ, ਕਿੱਦਾਂ ਕੁ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਕਿੰਨਾ ਕੁ ਫਾਇਦਾ ਮਿਲ ਸਕਦਾ? ਸਰ ਵੇਖੋ, 6-7 ਮਹੀਨੇ ਹੋ ਗਏ ਨੇ, ਜਿੰਨੀ ਵੀ ਬਾਰਿਸ਼ ਹੋਈ ਹੈ ਅਸੀਂ ਸਾਰਾ ਹੀ ਪਾਣੀ ਰਿਚਾਰਜ ਹੋ ਕੇ ਵਾਪਸ ਫਿਲਟਰ ਹੋ ਕੇ ਜ਼ਮੀਨ 'ਚ ਵਾਪਸ ਗਿਆ ਕਿ ਲੱਖਾਂ ਲੀਟਰ ਪਾਣੀ ਸਭ 'ਚ ਆਇਆ। ਤੁਸੀਂ ਲਾ ਲਓ ਕਿ ਇਹਦੀ ਕੋਸਟ 60-70 ਹਜ਼ਾਰ ਰੁਪਏ ਆਈ ਹੈ ਅਤੇ ਲੱਖਾਂ ਲੀਟਰ ਪਾਣੀ ਬਚ ਗਏ, ਅਤੇ ਤੁਸੀਂ ਉਹਦੇ ਨਾਲ ਕੈਲਕੂਲੇਸ਼ਨ ਕਰਕੇ ਵੇਖ ਲਓ ਕਿ ਕਿੰਨੇ ਜਾਣੂ ਮਹਿੰਗਾ ਪਿਆ। ਮੈਨੂੰ ਮੈਂ ਨਾ ਸਾਨੂੰ ਮੁਕਤੀ ਪਿਆ ਜੀ, ਕੋਈ ਮਹਿੰਗਾ ਨਹੀਂ ਪਿਆ। ਇੱਦਾਂ ਹੀ ਸੋਚਿਆ ਜੀ, 2 ਪ੍ਰੋਜੈਕਟ ਹੋਰ ਲਾਵਾਂਗੇ ਅਸੀਂ, ਇੱਕ ਸਾਡੇ ਭਗਤ ਸਿੰਘ ਜੀ ਸਟੇਡੀਅਮ ਆ, ਉੱਥੇ ਕੋਸ਼ਿਸ਼ ਹੋ ਗਈ ਉੱਥੇ ਲਾਵਾਂਗੇ, ਬਟ ਉੱਥੇ ਨਾ ਘਾਹ ਹੋ ਗਿਆ, ਉੱਥੇ ਜ਼ਿਆਦਾ ਲੋੜ ਨਹੀਂ ਪੈਣੀ। ਇੱਕ ਬੰਦਾ ਸਿੰਘ ਬਹਾਦਰ ਸਟੇਡੀਅਮ ਆ, ਉੱਥੇ ਲਾਉਣ ਦਾ ਉਹ ਤਾਂ ਪੱਕਾ ਜੀ ਉੱਥੇ, ਅਤੇ ਜਾਂ ਫਿਰ ਸਾਡਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹੈ, ਉੱਥੇ ਵੀ ਸਾਡੀ ਟੀਮ ਲਾਏਗੀ ਜੀ, ਬਿਨਾਂ ਸਰਕਾਰੀ ਮਦਦ ਤੋਂ। ਸਰਕਾਰੀ ਮਦਦ ਨਹੀਂ ਗਈ ਸਰ, ਬਸ ਸਰਕਾਰ ਪਰਮਿਸ਼ਨ ਦੇ ਦੇ, ਬਸ ਇੰਨੀ ਬੇਇੱਜ਼ਤੀ ਬਹੁਤ ਹੈ, ਬਾਕੀ ਸਭ ਕੁਝ ਆਪੀ ਗੱਲ ਹੈ। ਸਟਾਰ ਕੈਨੇਡਾ TV ਲਈ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ। ਉਧਰ ਧੂਰੀ ਦੇ ਅਨੁਰੋਧ ਕਾਂਸਲ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਅਨੁਰੋਧ ਕਾਂਸਲ ਨੇ JEE ਦੇ ਵਿੱਚ 99.9% ਅੰਕ ਪ੍ਰਾਪਤ ਕੀਤੇ ਨੇ, ਜਿਸ ਤੋਂ ਬਾਅਦ ਇਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਸੰਗਰੂਰ ਦੇ ਧੂਰੀ ਦੇ ਅਨੁਰੋਧ ਕਾਂਸਲ ਨੇ JEE ਮੇਨ ਦੇ ਵਿੱਚ 99.9% ਅੰਕ ਹਾਸਲ ਕਰਕੇ ਧੂਰੀ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ 'ਤੇ ਉਸਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਅਤੇ ਘਰ ਦੇ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਉਧਰ ਇਸ ਮੌਕੇ 'ਤੇ ਅਨੁਰੋਧ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਹੈ ਕਿ ਉਹ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰੇ। JEE ਮੇਨ, JEE ਮੇਨ, ਇਹ ਇੰਜੀਨੀਅਰਿੰਗ ਕਾ ਪਹਿਲਾ ਐਂਟਰੈਂਸ ਟੈਸਟ ਥਾ, ਇਸਕੇ ਬੇਸਿਸ ਪੇ NIT ਕੇ ਅੰਦਰ ਐਡਮਿਸ਼ਨ ਮਿਲਤੀ ਹੈ। ਇਸਕੇ ਅੰਦਰ ਪਰਸੈਂਟਾਈਲ ਮੇਰੀ ਆਈ ਹੈ 99.93। ਪਲੱਸ ਟੂ ਕਰ ਰਹਾ ਹੂੰ, ਅਭੀ ਮੇਰੇ ਇਗਜ਼ਾਮ ਹੈ ਮਾਰਚ ਮੇਂ। ਮੈਂ ਇਸਕੇ ਬਾਅਦ JEE ਐਡਵਾਂਸ ਕੇ ਮੇਂ ਅਪੀਅਰ ਕਰਕੇ ਇੱਕ ਅੱਛਾ ਰੈਂਕ ਲਾਣਾ ਚਾਹਤਾ ਹੂੰ, ਉਸਸੇ ਮੁਝੇ IIT ਮੇਂ ਐਡਮਿਸ਼ਨ ਮਿਲੇਗੀ। ਮੈਂ ਇੱਕ ਇੰਜੀਨੀਅਰ ਬਣ ਕੇ ਕੁਛ ਆਈਡੀਆਜ਼ ਲੈ ਕੇ ਇਸ ਦੁਨੀਆ ਮੇਂ ਕੁਛ ਚੇਂਜ ਲਾਣਾ ਚਾਹਤਾ ਹੂੰ। ਮੈਂ ਸਕੂਲ ਰੈਗੂਲਰ ਜਾਤਾ ਥਾ ਔਰ ਮੈਂ ਵੀਕਐਂਡਸ ਪੇ LN ਕਰੀਅਰ ਇੰਸਟੀਟਿਊਟ ਚੰਡੀਗੜ੍ਹ ਜਾਤਾ ਥਾ, ਵਹਾਂ ਸੇ ਕੋਚਿੰਗ ਲੇਤਾ। ਇਸ ਮੌਕੇ 'ਤੇ ਅਨੁਰੋਧ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਮਾਣ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦੇ ਪੁੱਤਰ ਨੇ ਇੰਨੀ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਹੀ ਹੈ, ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਮਤਲਬ ਬੇਟੇ ਨੇ ਆਪਣੀ ਮਿਹਨਤ 'ਤੇ ਬਹੁਤ ਅੱਛਾ ਰੈਂਕ ਮਤਲਬ ਅਚੀਵ ਕੀਤਾ ਹੈਗਾ। ਨੈਚੁਰਲੀ ਹੈ, ਜਦੋਂ ਅੱਛਾ ਪਰਫੋਰਮੈਂਸ ਬੱਚਾ ਕਰਦਾ ਹੈ ਤਾਂ ਫਿਰ ਸਾਰੇ ਵਧਾਈਆਂ ਤਾਂ ਦੇ ਰਹੇ ਹਨ।
बच्चे ने आगे भी टीचा रखा है, उससे तक किस तरह की हेल्प करोगे? जो सब तो मतलब पॉसिबल है 100% मतलब हेल्प बच्चे को देवांगे जी। बाकी यदि मेहनत है, इन्हें अपनी मेहनत से मतलब सारा कुछ मतलब किया है। बच्चा है जी बहुत मेहनती सी, बहुत पढ़ाई वाल ध्यान करता सी, बिल्कुल स्कूलों आके घर जाके भी ये पेरेंट्स दसते हैं भी ये बिल्कुल बच्चा पढ़ाई वाल ही ध्यान रखता सी, कोई शरारत नहीं, कोई किसी पासे होर ध्यान नहीं, बहुत वधिया पढ़ाई च है। स्कूल के टीचर्स जिहड़े हैं उन्हां दी भी यही रिपोर्ट हुंदी सी भी बच्चा बहुत सिंसीयर है और बहुत पढ़ाई च बहुत वधिया पढ़ता है, बहुत टॉप ते रहिंदा सी। स्टार कैनेडा टीवी लई संगरूर तों अनिल जैन दी रिपोर्ट। उधर मंडी गोबिंदगढ़ विच पुलिस ने एक वड्डी सफलता हासिल हुई है। पुलिस ने जिसम फरोशी का धंधा करने वाले एक गिरोह का पर्दाफाश किया है, मौके पर ही 18 औरतों ते 6 मर्दों को गिरफ्तार किया। मंडी गोबिंदगढ़ विच पुलिस ने कार्रवाई करते हुए जिसम फरोशी का धंधा चलाने वाले गिरोह का पर्दाफाश किया, मौके पर ही 18 औरतों ते 6 मर्दों को काबू किया। दरअसल मंडी गोबिंदगढ़ के जिला पुलिस मुखी श्रीमती अमनीत कौंडल के निर्देश तहत इंस्पैक्टर महेंद्र सिंह की अगुवाई के विच छापेमारी की गई, जिस दौरान जिसम फिरोसी के धंधा चलाने वाले गिरोह का पर्दाफाश किया गया। इस संबंधी जानकारी देंदे डीएसपी सुखविंदर सिंह ने दसिया कि उन्होंने शिकायत मिली सी कि एक घर के जिसम फिरोशी का धंधा चलाया जा रहा है, तो पुलिस ने मौके पर रेड मार दी, 18 औरतों और 6 मर्दों को गिरफ्तार कर लिया। कल इंस्पैक्टर साहब महेंद्र सिंह, SHO गोबिंदगढ़, उन्होंने नाल सब इंस्पैक्टर अमरपाल कौर, SI धर्मपाल, तो उन्होंने होर टीम नाके से मौजूद सी, तो उन्होंने खुफिया तौर पर इतलाह मिली कि शहर के जिसम फरोशी का धंधा चल रहा, जिस पर उन्होंने उत्थे अपनी समेत पुलिस पार्टी समेत लेडी ऑफिसर उत्थे रेड किया, तो उत्थों वक् वक् उम्र दियां 16 18 लेडीज़ ते 6 पुरुष वक् वक् उम्र दे जिहड़े मिले, मनीषा ते एक मुस्कान नां दी दो कुड़ियां जिहड़ियां कि जिसम फरोशी दा इन्हां औरतां तों धंधा कराउंदियां सी, ते उसे संबंध विच जिहड़े उत्थे पुरुष भी ओह आए हुए सी, ते फिर उन्हां दे खिलाफ मोरल ट्रैफिक दियां वक् वक् धाराएं अधीन केस रजिस्टर किया गया, इन्हां दी गिरफ्तारी अमल विच लैंदी। इन्हां ते पहला भी कोई मामला दर्ज है जी? इन्हां तों जिहड़ी मुस्कान नां दी लड़की है, वह इत्थों गोबिंदगढ़ की रहने वाली है, उन्हें अपना घर लिया होया, उसते 2017 दे विच भी परचा सीगा दर्ज किया सी, जिहड़ा कि हजे अंडर ट्रायल है। स्टार कैनेडा टीवी लई मंडी गोबिंदगढ़ तों लखवीर सिंह लक्की दी रिपोर्ट। उधर रूपनगर के दुकानदारों के वालों ब्रांडिया के नाजायज़ कब्जे किए गए हैं, जिसनों लैके आम जनता को परेशानियों का सामना करना पै रहा है, तो मौसम की मार चलनी पै रही है, तो उधर नगर सुधार ट्रस्ट एक दूजे के उत्ते गल नूं सिट रहे हैं, तो कोई कार्रवाई नहीं कर रहे। आम तौर ते देश विच जनता दीआं सहूलतां लई कानून तां बड़े बनाए ने, परंतु उन्हां कानूनां नूं लागू करन कराउण वाले शासन प्रशासन दी लापरवाही करके ज्यादातर सहूलतां तों देशवासी वांझे रह जांदे ने। इन्हां सहूलतां विच इक सहूलत है गाहकां जां आम जनता लई शॉपिंग मार्केट विच बनाईआं दुकानां शोरूमां आदि अगे कानून अनुसार चलण लई बनाए गए बरांडे, परंतु जनता की सहूलत लई छड्डे इन्हां बरांडियां ते दुकानदारां वल्लों कब्जे कर रखे हन, जिस करके जनता नूं खुले आसमान हेठ मौसम की मार चलनी पै रही है। इस संबंधी देखो साडी एक खास रिपोर्ट। गाहकां जां आम जनता लई शॉपिंग मार्केटां विच बनाईआं दुकानां शोरूमां आदि अगे जनता दे चलण लई बरांडे बनाए गए ने। ਇਹ ਬਰਾਂਡੇ ਇਸ ਲਈ ਛੱਡੇ ਗਏ ਹਨ ਤਾਂ ਕਿ ਬਰਸਾਤ ਗਰਮੀ ਆਦਿ ਦੇ ਮੌਸਮ ਵਿੱਚ ਗਾਹਕਾਂ ਨੂੰ ਇੱਕ ਤੋਂ ਦੂਜੀ ਦੁਕਾਨ ਤੱਕ ਪਹੁੰਚਣ ਦੇ ਲਈ ਕੋਈ ਪਰੇਸ਼ਾਨੀ ਨਾ ਹੋਵੇ। ਬਕਾਇਦਾ ਕਾਨੂੰਨ ਅਨੁਸਾਰ ਨਕਸ਼ਾ ਪਾਸ ਕਰਾਉਣ ਲਈ ਬਰਾਂਡਾ ਛੱਡਣਾ ਜ਼ਰੂਰੀ ਹੈ। ਸ਼ਹਿਰ ਵਾਸੀ ਡਾਕਟਰ ਚਰਨ ਮਸੀਹ ਅਤੇ ਸਮਾਜ ਸੇਵੀ ਸਰਬਜੀਤ ਸਿੰਘ ਹੁੰਦਲ ਨੇ ਕਿਹਾ ਕਿ ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ, ਗੁਰੂ ਨਾਨਕ ਮਾਰਕੀਟ, ਕਲਿਆਣ ਸਿਨੇਮਾ ਮਾਰਕੀਟ, ਭਾਈ ਲਾਲੋ ਮਾਰਕੀਟ, ਪਾਲਿਕਾ ਬਾਜ਼ਾਰ, ਬੇਲਾ ਚੌਂਕ, ਲਹਿਰੀ ਸ਼ਾਹ ਮੰਦਿਰ ਰੋਡ, ਹਸਪਤਾਲ ਰੋਡ, DAV ਰੋਡ ਆਦਿ ਦੇ ਸਥਿਤ ਦੁਕਾਨਾਂ ਅਤੇ ਸ਼ੋਰੂਮਾਂ ਦੇ ਅੱਗੇ ਦੁਕਾਨਦਾਰਾਂ ਵੱਲੋਂ ਕਾਨੂੰਨ ਨੂੰ ਛਿੱਕੇ ਟੰਗ
ਬਰਾਂਡਿਆਂ ਤੇ ਨਜਾਇਜ਼ ਕਬਜ਼ੇ ਕਰ ਇਸ਼ਤਿਹਾਰੀ ਬੋਰਡ ਖਾਣ ਪੀਣ ਤੇ ਕਾਊਂਟਰ ਦੁਕਾਨਾਂ ਦਾ ਸਮਾਨ ਆਦਿ ਰੱਖਿਆ ਹੋਇਆ ਹੈ ਜਿਸ ਕਰਕੇ ਬਰਸਾਤ ਹੋਵੇ ਜਾਂ ਤਪਦੀ ਗਰਮੀ ਹੋਵੇ ਜਨਤਾ ਨੂੰ ਖੁੱਲ੍ਹੇ ਅਸਮਾਨ ਹੇਠ ਮੌਸਮ ਦੀ ਮਾਰ ਝੱਲਣੀ ਪੈ ਰਹੀ ਹੈ। ਗਿਆਨੀ ਜੈਲ ਸਿੰਘ ਅਗਰ ਅਤੇ ਬੇਲਾ ਚੌਂਕ ਦੇ ਸ਼ੋਰੂਮਾਂ ਅਤੇ ਬੂਥਾਂ ਵਾਲੇ ਦੁਕਾਨਦਾਰਾਂ ਨੇ ਤਾਂ ਅੱਤ ਹੀ ਚੁੱਕੀ ਹੋਈ ਹੈ, ਨਜਾਇਜ਼ ਕਬਜ਼ੇ ਕਰਕੇ ਬਰਾਂਡੇ ਬਿਲਕੁਲ ਬੰਦ ਕਰ ਦਿੱਤੇ ਨੇ। ਦੇਖੋ ਜੀ, ਇਹ ਇੱਕ ਬੜੀ ਮਾੜੀ ਗੱਲ ਆ ਜਿਹੜੇ ਇਹ ਮਾਰਕੀਟ ਦੇ ਵਿੱਚ ਖਾਸ ਕਰਕੇ ਗਿਆਨੀ ਜੈਲ ਸਿੰਘ ਕਲੋਨੀ ਅਤੇ ਬੇਲਾ ਚੌਂਕ ਅਤੇ ਕਲਿਆਣ ਥੀਏਟਰ ਦੇ ਕੋਲ ਮਾਰਕੀਟ ਆ, ਗੁਰੂ ਨਾਨਕ ਮਾਰਕੀਟ ਆ, ਇਹਨਾਂ ਦੇ ਅੱਗੇ ਬਰਾਂਡੇ ਛੱਡੇ ਗਏ ਆ ਜੋ ਕਿ ਦੁਕਾਨਦਾਰਾਂ ਵੱਲੋਂ ਅਵੈਧ ਕਬਜ਼ੇ ਕੀਤੇ ਗਏ ਆ। ਅਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਇਸ ਕਰਕੇ ਛੱਡੇ ਗਏ ਸੀਗੇ ਕਿ ਜਦੋਂ ਬਾਰਿਸ਼ ਹੋਵੇ ਅਤੇ ਜਦੋਂ ਧੁੱਪ ਹੁੰਦੀ ਆ ਜਾਂ ਕਿਸੇ ਹੋਰ ਵੀ ਗੱਲ ਆ, ਲੋਕ ਉੱਥੋਂ ਦੀ ਲੰਘ ਸਕਣ। ਪਰ ਦੁਕਾਨਦਾਰਾਂ ਨੇ ਅਵੈਧ ਕਬਜ਼ੇ ਕਰਕੇ ਜਿਹਦੇ ਵਿੱਚ ਲੋਕਾਂ ਨੂੰ ਗਰਮੀ 'ਚ ਵੀ, ਬਾਰਿਸ਼ ਵਿੱਚ ਵੀ, ਅਤੇ ਇਹਦੇ ਵਿੱਚ ਉਹਨਾਂ ਨੂੰ ਸਮੱਸਿਆ ਆਉਂਦੀ ਆ। ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਗਾੜੀ ਕਿ ਜਿਹੜੇ ਇਹ ਖਾਲੀ ਕਰਾਏ ਜਾਣ ਤਾਂ ਕਿ ਲੋਕਾਂ ਦੀ ਸਹੂਲਤ ਹੋਵੇ, ਕਿਉਂਕਿ ਬਣਾਏ ਤਾਂ ਲੋਕਾਂ ਦੀ ਸਹੂਲਤ ਲਈ ਗਏ ਆ ਨਾ। ਜਿਸ ਪਰਪਜ਼ ਲਈ ਬਣਾਏ ਗਏ ਆ ਪ੍ਰਸ਼ਾਸਨ ਨੇ, ਉਸ ਗੱਲ ਨੂੰ ਲਾਗੂ ਹੋਣਾ ਚਾਹੀਦਾ ਆ। ਪਰ ਬੜੀ ਅਫਸੋਸ ਦੀ ਗੱਲ ਆ ਕਿ ਪ੍ਰਸ਼ਾਸਨ ਜਿਹੜਾ ਇਸ 'ਤੇ ਕਾਰਵਾਈ ਨਹੀਂ ਕਰ ਰਿਹਾ ਅਤੇ ਜਿੱਦਾਂ ਹੋਣਾ ਚਾਹੀਦਾ ਉੱਦਾਂ ਨਹੀਂ ਹੋ ਰਿਹਾ। ਸੋ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜੇ ਅਵੈਧ ਕਬਜ਼ੇ ਹਟਾਏ ਜਾਣ ਅਤੇ ਲੋਕਾਂ ਨੂੰ ਸੁਵਿਧਾ ਜਿਹੜੀ ਆ ਫੁੱਲੀ ਵਧੀਆ ਸੁਵਿਧਾ ਲੋਕਾਂ ਨੂੰ ਮਿਲ ਸਕੇ। ਦੇਖੋ, ਰੂਪਨਗਰ ਸ਼ਹਿਰ ਦੇ ਵਿੱਚ ਇਸ ਟਾਈਮ ਬਹੁਤ ਬੁਰੇ ਹਾਲਾਤ ਨੇ। ਜਿੰਨੇ ਵੀ ਬਰਾਂਡੇ ਖਾਲੀ ਨੇ, ਨਗਰ ਸੁਧਾਰ ਟਰੱਸਟ ਨੇ ਜਿੰਨਾ ਵੀ ਕਮਰਸ਼ੀਅਲ ਏਰੀਆ ਡਿਵੈਲਪ ਕੀਤਾ ਹੈ, ਸਾਰੇ ਦੇ ਵਿੱਚ ਜਿੰਨੇ ਵੀ ਬਰਾਂਡੇ ਛੱਡੇ ਗਏ ਆ, ਸਾਰਿਆਂ ਦੇ ਵਿੱਚ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਹੋਏ ਨੇ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਇਕੱਲੀਆਂ ਦੁਕਾਨਾਂ ਦੇ ਬਰਾਂਡੇ ਹੀ ਨਹੀਂ, ਜਿੰਨੇ ਸ਼ੋਰੂਮ SCF SCO ਨੇ ਉਹਨਾਂ ਸੜਕਾਂ ਦੇ ਵਿੱਚ ਵੀ ਕਮਰਸ਼ੀਅਲ ਬੋਰਡ ਲਗਾਏ ਹੋਏ ਨੇ। ਰੋਪੜ ਦੇ ਵਿੱਚ ਚਾਹੇ ਗੁਰੂ ਨਾਨਕ ਮਾਰਕੀਟ ਹੈਗੀ ਜੀ, ਚਾਹੇ ਕਲਿਆਣ ਸਿਨੇਮੇ ਕੋ ਭਾਈ ਲਾਲੋ ਮਾਰਕੀਟ ਆ, ਚਾਹੇ ਰੂਪਨਗਰ ਟਰੱਸਟ ਨੇ ਬੇਲਾ ਗਿਆਨੀ ਜੈਲ ਸਿੰਘ ਨਗਰ ਆ ਜੀ, ਚਾਹੇ ਰੂਪਨ ਆਪਣਾ ਇਹ ਸ਼ਹੀਦ ਭਗਤ ਸਿੰਘ ਨਗਰ ਆ ਜੀ, ਜਿੰਨੇ ਵੀ ਟਰੱਸਟ ਨੇ ਏਰੀਆ ਡਿਵੈਲਪ ਕੀਤਾ ਹੈ ਉਹਦੇ ਸਾਰੇ ਦੇ ਵਿੱਚ ਜਿੰਨੇ ਵੀ ਬਰਾਂਡੇ ਆ, ਇਹ ਲੋਕਾਂ ਦੀ ਜਿਹੜੇ ਗਾਹਕ ਨੇ ਉਹਨਾਂ ਦੀ ਸਹੂਲਤ ਲਈ ਆ ਕਿ ਜਿਵੇਂ ਧੁੱਪ ਹੈ ਅਤੇ ਛਾਂ, ਧੁੱਪ ਆ, ਜ਼ਿਆਦਾ ਠੰਡ ਆ, ਜਾਂ ਹਨੇਰੀ ਦਾ ਮੌਸਮ, ਮੀਂਹ ਦਾ ਮੌਸਮ, ਉਹਦੇ ਵਿੱਚ ਜਿਹੜੇ ਗਾਹਕਾਂ ਦੀ ਸਹੂਲਤ ਵਾਸਤੇ ਬਰਾਂਡੇ ਛੱਡੇ ਗਏ ਸੀਗੇ। ਜਦੋਂ ਵੀ ਨਗਰ ਸੁਧਾਰ ਟਰੱਸਟ ਦੇ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਜੀ ਅਸੀਂ ਏਰੀਆ ਮਿਊਂਸੀਪਲ ਕਮੇਟੀ ਦੇ ਅੰਡਰ ਆਉਂਦਾ ਹੈ, ਸਾਡਾ ਇਹਦੇ ਨਾਲ ਕੋਈ ਰੋਲ ਨਹੀਂ। ਜਦੋਂ ਮਿਊਂਸੀਪਲ ਕਮੇਟੀ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿ ਦਿੰਦੇ ਕਿ ਇਹਨਾਂ ਨੇ ਅਜੇ ਤੱਕ ਹੈਂਡਓਵਰ ਨਹੀਂ ਕੀਤਾ। ਅਸੀਂ ਤਾਂ ਇਹੀ ਪੁਰਜ਼ੋਰ ਮੰਗ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿ ਚਾਹੇ ਨਗਰ ਸੁਧਾਰ ਟਰੱਸਟ ਦੇ ਅੰਡਰ ਆਉਂਦਾ ਹੈ, ਚਾਹੇ ਮਿਊਂਸੀਪਲ ਕਮੇਟੀ ਦੇ ਅੰਡਰ ਆਉਂਦਾ, ਵੀ ਜਿਹੜੇ ਵੀ ਅਫਸਰ ਸਾਹਿਬਾਨ ਇਸ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਉਹ ਤਨਖਾਹਾਂ ਲੈ ਕੇ ਕੋਈ ਕੰਮ ਨਹੀਂ ਕਰਦੇ, ਆ ਕੇ ਇੱਥੇ ਆ ਕੇ ਜਿਵੇਂ AC ਗਰਮੀਆਂ ਦੇ ਵਿੱਚ ਔਰ ਸਰਦੀਆਂ ਵਿੱਚ ਹੀਟਰਾਂ ਦਾ ਆਨੰਦ ਮਾਣਦੇ ਨੇ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਤਾਂ ਇਹ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾਵੇ ਅਤੇ ਜਿਹਦੀ ਵੀ ਪ੍ਰੋਪਰਟੀ ਆ, ਚਾਹੇ ਨਗਰ ਸੁਧਾਰ ਟਰੱਸਟ ਦੇ ਅੰਡਰ ਆਉਂਦਾ, ਚਾਹੇ ਮਿਊਂਸੀਪਲ ਕਮੇਟੀ ਦੇ ਅੰਡਰ ਆਉਂਦਾ, ਲੋਕਾਂ ਨੂੰ ਇਸ ਚੀਜ਼ ਤੋਂ ਨਜਾਤ ਦਵਾਈ ਜਾਵੇ। ਜਦੋਂ ਨਗਰ ਸੁਧਾਰ ਟਰੱਸਟ ਵੱਲੋਂ ਵੱਖ ਵੱਖ ਸਕੀਮਾਂ ਤਹਿਤ ਬਣਾਈਆਂ ਮਾਰਕੀਟਾਂ ਵਿੱਚ ਦੁਕਾਨਦਾਰਾਂ ਵੱਲੋਂ ਬਰਾਂਡੇ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਐਕਸ਼ੀਅਨ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਕਤੂਬਰ 2019 ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਸਾਰੀਆਂ ਸਕੀਮਾਂ ਨਗਰ ਕੌਂਸਲ ਰੂਪਨਗਰ ਨੂੰ ਸੌਂਪ ਦਿੱਤੀਆਂ ਹਨ, ਜਿਸ ਕਰਕੇ ਹੁਣ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਰੂਪਨਗਰ ਦੀ ਹੈ। ਚਾਹੇ ਰੱਖ ਰਖਾਅ ਹੋਵੇ ਜਾਂ ਨਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਨੀ ਹੋਵੇ, ਉਹ ਸਭ ਨਗਰ ਕੌਂਸਲ ਰੂਪਨਗਰ ਵੱਲੋਂ ਕੀਤੀ ਜਾ ਰਹੀ ਹੈ। ਇਸ ਵਾਰ ਦੱਸਿਆ ਜਾਂਦਾ ਕਿ ਟਰੱਸਟ ਨੇ ਇਸ ਸੰਬੰਧੀ ਮਤਾ ਪਾਸ ਕਰਕੇ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਬਿਲਡਿੰਗ ਕੰਟਰੋਲ ਨਗਰ ਕੌਂਸਲ ਨੂੰ ਕਮੇਟੀ ਨੂੰ ਹੈਂਡਓਵਰ ਕੀਤਾ ਹੋਇਆ। ਜਿਹੜੀ ਕਾਰਵਾਈ ਕਰਨੀ ਉਹ ਕਮੇਟੀ ਵੱਲੋਂ ਹੀ ਕੀਤੀ ਜਾਵੇਗੀ, ਸਾਡੇ ਵੱਲੋਂ ਨਹੀਂ ਕੀਤੀ ਜਾ ਸਕਦੀ। ਅਸੀਂ ਬਿਲਡਿੰਗ ਕੰਟਰੋਲ ਉਹਨੂੰ ਆਲਰੇਡੀ ਦੇ ਚੁੱਕੇ ਹਾਂ, ਟਰੱਸਟ ਨੇ ਮਤਾ ਪਾਸ ਕੇ ਸਰਕਾਰ ਨੇ ਉਹਦੀ ਪ੍ਰਵਾਨਗੀ ਦਿੱਤੀ, ਪਾਸ ਕਰਤਾ ਕਿ ਕਮੇਟੀ ਨੂੰ ਹੈਂਡਓਵਰ ਕੀਤਾ ਜਾਵੇ। ਕਦੋਂ ਕੀਤਾ ਜੀ? ਕਦੋਂ? ਇਹ 10ਵੇਂ ਮਹੀਨੇ 'ਚ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ, 2019 ਵਿੱਚ ਦੇ ਚੁੱਕੇ। ਦੂਜੇ ਪਾਸੇ ਜਦੋਂ ਬਰਾਂਡਿਆਂ 'ਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਸੰਬੰਧੀ ਨਗਰ ਕੌਂਸਲ ਰੂਪਨਗਰ ਦੇ ਕਾਰਜ ਸਾਧਕ ਅਫਸਰ ਭਜਨ ਚੰਦ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਉਹਨਾਂ ਨੂੰ ਸਕੀਮਾਂ ਸੋਧਨ ਸੰਬੰਧੀ ਪੱਤਰ ਜ਼ਰੂਰ ਭੇਜਿਆ ਹੈ, ਪਰੰਤੂ ਉਹਨਾਂ ਨੇ ਹਾਲੇ ਸਕੀਮਾਂ ਆਪਣੇ ਅਧੀਨ ਲੈਣ ਤੋਂ ਇਨਕਾਰ ਕੀਤਾ ਹੈ, ਕਿਉਂਕਿ ਜੋ ਉਕਤ ਸਕੀਮਾਂ ਵਿੱਚ ਬਿਲਡਿੰਗਾਂ ਬਣੀਆਂ ਹਨ ਉਸਦਾ ਨਗਰ ਸੁਧਾਰ ਟਰੱਸਟ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ ਕਿ ਉਕਤ ਬਿਲਡਿੰਗਾਂ ਤੈਅ ਨਕਸ਼ੇ ਅਨੁਸਾਰ ਹੀ ਬਣਾਈਆਂ ਹਨ, ਉਹਨਾਂ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਗਈ। ਕਾਰਜ ਸਾਧਕ ਅਫਸਰ ਨੇ ਗਿਆਨੀ ਜੈਲ ਸਿੰਘ ਨਗਰ ਦੇ ਰਿਹਾਇਸ਼ੀ ਇਲਾਕੇ ਦੇ ਕੋਠੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਹਸਪਤਾਲ ਦਾ ਵੇਰਵਾ ਵੀ ਦਿੱਤਾ ਹੈ।
ਕਾਰਜ ਸਾਧਕ ਅਫਸਰ ਨੇ ਕਿਹਾ ਹੈ ਕਿ ਜੋ ਏਰੀਆ ਉਹਨਾਂ ਦੇ ਅਧੀਨ ਹੈ ਉਸ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਲਈ ਕਬਜ਼ਾ ਧਾਰਕ ਨੂੰ ਉਹਨਾਂ ਵੱਲੋਂ ਬਕਾਇਦਾ ਨੋਟਿਸ ਭੇਜੇ ਗਏ ਹਨ। ਜੇਕਰ ਜਲਦੀ ਕਬਜ਼ੇ ਨਹੀਂ ਹਟਾਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਅਧੀਨ ਪੈਂਦੇ ਏਰੀਏ ਤੇ ਕਬਜ਼ੇ ਚੁਕਾਉਣ ਦਾ ਕੰਮ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਦਾ ਬਣਦਾ ਹੈ। ਤੁਸੀਂ ਮੈਨੂੰ ਇੱਕ ਤਾਂ ਇਹ ਦੱਸੋ ਵੀ ਤੁਸੀਂ ਕਿਸ ਏਰੀਏ ਦੀ ਗੱਲ ਕਰਨਾ ਚਾਹੁੰਦੇ ਹੋ? ਪੂਰੇ ਸ਼ਹਿਰ ਦੀ ਗੱਲ ਕਰ ਰਹੇ ਆਪਾਂ, ਪੂਰੇ ਸ਼ਹਿਰ ਦੀ। ਜਿੱਥੋਂ ਤੱਕ ਦੇ ਤੁਸੀਂ ਇਹ ਗੱਲ ਕਰਦੇ ਹੋ, ਜਿਹੜੀ ਮਾਰਕੀਟ ਨਗਰ ਕੌਂਸਲ ਦੇ ਵੱਲੋਂ ਆਪਣੀ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਹੋਈਆਂ ਕਿਰਾਏਦਾਰਾਂ ਵੱਲੋਂ, ਉਹਨਾਂ ਦੀ ਸਾਨੂੰ ਸ਼ਿਕਾਇਤ ਮਿਲੀ ਸੀ। ਆਹ ਤੁਸੀਂ ਨੋਟਿਸ ਦੇਖ ਸਕਦੇ ਹੋ, ਇਹ ਅਸੀਂ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਦੇ ਕੇ ਕਿ ਬਰਾਂਡੇ ਜਿਹੜੀ ਪਬਲਿਕ ਦੇ ਗਾਹਕ ਆਮ ਪਬਲਿਕ ਦੀ ਖਰੀਦਦਾਰੀ ਵਾਸਤੇ ਖਾਲੀ, ਆਉਣ ਜਾਣ ਵਾਸਤੇ ਖਾਲੀ ਹੈ, ਉਹਨਾਂ ਨੂੰ ਅਸੀਂ ਨੋਟਿਸ ਦਿੱਤੇ। ਇਹ 2 ਦਿਨ ਪਹਿਲਾਂ ਹੀ ਮੇਰਾ ਇੰਸਪੈਕਟਰ ਪਲੱਸ ਸਟਾਫ ਇਹ ਪਾਲਕਾ ਬਾਜ਼ਾਰ ਦੀਆਂ ਸਾਰੀਆਂ ਦੁਕਾਨਦਾਰਾਂ ਨੋਟਿਸ ਦੇ ਕੇ ਉਹਨਾਂ ਨੂੰ ਹਦਾਇਤਾਂ ਜਾਰੀ ਕਰਕੇ ਆਇਆ। ਸਰ, ਇਸ ਤੋਂ ਇਲਾਵਾ ਜਿਹੜਾ ਤੁਸੀਂ ਨਕਸ਼ੇ ਪਾਸ ਕਰਦੇ ਬਰਾਂਡਾ ਛੱਡਿਆ ਜਾਂਦਾ, ਇਹ ਪ੍ਰਾਈਵੇਟ ਹੀ ਆ ਕੋਈ ਵੀ, ਉਹ ਕਬਜ਼ਾ ਇੱਦਾਂ ਕਰ ਸਕਦਾ ਕਿ ਨਹੀਂ, ਉਹ ਗੈਰ ਕਾਨੂੰਨੀ ਹੈ? ਨਹੀਂ, ਜਿੱਥੋਂ ਤੱਕ ਤਾਂ ਤੁਸੀਂ ਇੱਕ ਟਾਊਨ ਪਲੈਨਿੰਗ ਸਕੀਮ ਦੀ ਗੱਲ ਆਪਾਂ ਕਰਦੇ, ਕੋਈ ਪਲਾਨਿੰਗ ਸਕੀਮਾਂ ਹੈਗੀਆਂ, ਉਹਦੇ ਵਿੱਚ ਤਾਂ ਜਿਹੜਾ ਬਰਾਂਡਾ ਹੈਗਾ ਉਹ ਤਾਂ ਉਹਦੀ ਪਲਾਨਿੰਗ ਇਸੇ ਕਰਕੇ ਕੀਤੀ ਹੁੰਦੀ ਵੀ ਉਹ ਗਾਹਕ ਨੇ ਘੁੰਮਣਾ ਹੁੰਦਾ ਉੱਥੇ। ਅਤੇ ਲੇਕਿਨ ਜੇ ਤੁਸੀਂ ਰੈਜੀਡੈਂਸ਼ਲ ਦੀ ਗੱਲ ਕਰਦੇ ਹੋ, ਰੈਜੀਡੈਂਸ਼ਲ ਜੇ ਬਰਾਂਡਾ ਹੈਗਾ ਅਤੇ ਉਹਦਾ ਆਪਦਾ ਹੈਗਾ, ਉਹ ਜਿੱਦਾਂ ਮਰਜ਼ੀ ਰੈਜੀਡੈਂਸ਼ਲ ਨਹੀਂ ਹੈਗਾ, ਸ਼ੋਪਿੰਗ ਕੰਪਲੈਕਸ ਦੀ, ਸ਼ੋਪਿੰਗ ਕੰਪਲੈਕਸ ਦੀ ਉਹ ਆਮ ਪਬਲਿਕ ਵਾਸਤੇ ਹੀ ਰੱਖਿਆ ਜਾਂਦਾ, ਕਿਉਂਕਿ ਟਾਊਨ ਪਲੈਨਿੰਗ ਸਕੀਮਾਂ ਜਿੰਨੀਆਂ ਇਹ ਪਲਾਨਿੰਗ ਸਕੀਮਾਂ, ਇਹਦਾ ਮੇਨ ਉਦੇਸ਼ ਹੀ ਇਹੀ ਹੁੰਦਾ। ਨਕਸ਼ਾ ਪਾਸ ਕੀਤਾ ਉਹਦੇ 'ਚ ਲਿਖ ਕੇ ਲੈ ਜਾਣਾ ਵਗੈਰਾ? ਉਹ ਨਹੀਂ ਹੁੰਦਾ ਜੀ, ਉਹਦੇ 'ਚ ਉਹਦੇ 'ਚ ਕੋਈ ਇਸ ਤਰ੍ਹਾਂ ਨਹੀਂ, ਕਿਉਂਕਿ ਉਹਨਾਂ ਜਿਹੜਾ ਮੇਨ ਕਮਰਸ਼ੀਅਲ ਯੂਜ ਹੈ ਉਹ ਆਪਣੀ ਸ਼ੋਪ ਦੇ ਅੰਦਰ ਹੀ ਕਰਨਾ ਹੁੰਦਾ ਇਹ ਚੀਜ਼। ਅਤੇ ਹੁਣ ਕੀ ਕਾਰਵਾਈ ਚੱਲ ਰਹੀ ਹੈ ਜਿਹੜੀ ਚੁਕਵਾਉਣ ਵਾਸਤੇ ਦਿੱਕਤ ਹੁੰਦੀ ਪਬਲਿਕ ਨੂੰ ਬਹੁਤ ਜ਼ਿਆਦਾ? ਨਹੀਂ, ਕਾਰਵਾਈ ਤਾਂ ਇਹ ਹੈ ਵੀ ਹੁਣ ਮਾਰਕੀਟ ਦੇ ਅੰਦਰ ਹੈ ਵੀ ਜਿਸ ਤਰ੍ਹਾਂ ਦਾ ਜਿਹੜੀ ਸਾਡੀ ਮਾਰਕੀਟ ਦੇ ਅੰਦਰ ਹੈ ਅਸੀਂ ਤਾਂ ਉਹਨੂੰ ਖਾਲੀ ਕਰਵਾਤਾ। ਹੁਣ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਪਣਾ ਬੇਲਾ ਚੌਂਕ ਹੋ ਗਿਆ, ਇਹ ਏਰੀਆ ਆਪਣਾ ਕਲਿਆਣ ਸਿਨੇਮਾ ਹੋ ਗਿਆ, ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਗਿਆਨੀ ਜੈਲ ਸਿੰਘ ਨਗਰ, ਦਸ਼ਮੇਸ਼ ਨਗਰ, ਜੇ ਤੁਸੀਂ ਕਲਿਆਣ ਸਿਨੇਮਾ ਦੇ ਸਾਹਮਣੇ ਮਾਰਕੀਟ 'ਚ ਭਾਈ ਲਾਲੋ ਮਾਰਕੀਟ 'ਚ ਗੱਲ ਕਰਦੇ ਹੋ, ਇਹ ਜਿਹੜੀਆਂ ਸਕੀਮਾਂ ਹੈਗੀਆਂ ਇਹ ਇੰਪਰੂਵਮੈਂਟ ਟਰੱਸਟ ਰੋਪੜ ਵੱਲੋਂ ਕੱਟੀਆਂ ਗਈਆਂ, ਉਹਨਾਂ ਦੀਆਂ ਇਹ ਪਲਾਨਡ ਸਕੀਮਾਂ ਨੇ। ਇਹਨਾਂ ਸਕੀਮਾਂ ਦੇ ਵਿੱਚ ਜਿਹੜੇ ਵੀ ਦੁਕਾਨਦਾਰਾਂ ਨੂੰ ਇਹਨਾਂ ਨੇ ਅਲੋਟਮੈਂਟ ਕੀਤੀ ਹੋਈ ਹੈ, ਉਹਨਾਂ ਦੀਆਂ ਅਲੋਟਮੈਂਟ ਰਾਈਟਸ ਐਗਰੀਮੈਂਟ ਸਾਰਾ ਉਹਦੇ ਵਿੱਚ ਨਿਸ਼ਚਿਤ ਹੈ, ਉਹਨਾਂ ਦੇ ਅਧਿਕਾਰ ਖੇਤਰ 'ਚ ਪ੍ਰੋਪਰਟੀ ਹੈ, ਇਹਦੇ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਉਹਨਾਂ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਪ੍ਰਤੀ। ਨਗਰ ਸੁਧਾਰ ਟਰੱਸਟ ਦੇ ਜਿਹੜੇ ਐਕਸੀਅਨ, ਉਹਨਾਂ ਦਾ ਕਹਿਣਾ ਵੀ ਅਸੀਂ ਜਿਹੜੀ ਹੈਗੀ ਹੈਂਡਓਵਰ ਕਰਤੀ ਨਗਰ ਕੌਂਸਲ ਨੂੰ 10ਵੇਂ ਮਹੀਨੇ 2019 ਦੇ ਵਿੱਚ। ਨਹੀਂ, ਜਿੱਥੋਂ ਤੱਕ ਉਹਨਾਂ ਦਾ ਇਹ ਕਹਿਣਾ ਹੈ, ਕਿਉਂਕਿ ਕੋਈ ਵੀ ਸਕੀਮ ਜਦੋਂ ਹੈਂਡਓਵਰ ਕਰ ਜਾਂਦੀ ਉਹ ਐਜ਼ ਪਰ ਰੂਲਸ ਵਗੈਰਾ ਉਹਦਾ ਮਤਾ ਵਗੈਰਾ ਪਾਸ ਹੁੰਦਾ ਹੈ, ਤਦੇ ਉਹ ਕਲੋਨੀ ਹੈਂਡਓਵਰ ਹੁੰਦੀ ਹੈ। ਉਹਨਾਂ ਦੇ ਕਹਿਣ ਦੇ ਮੁਤਾਬਕ ਜੋ ਉਹਨਾਂ ਨੇ ਸਾਨੂੰ ਹੈਂਡਓਵਰ ਕਰਨ ਦੀ ਗੱਲ ਕੀਤੀ ਹੈ, ਉਹਨਾਂ ਨੂੰ ਅਸੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ 21 ਨਵੰਬਰ ਨੂੰ ਵੀ ਉਹਨਾਂ ਨੂੰ ਲੈਟਰ ਜਾਰੀ ਕੀਤਾ, ਅਤੇ ਹੁਣ ਮੁੜ 10/12/2009 ਨੂੰ ਵੀ ਇਹ ਅਸੀਂ ਲੈਟਰ ਭੇਜਿਆ ਵੀ ਨਗਰ ਕੌਂਸਲ ਗਿਆਨੀ ਜੈਲ ਸਿੰਘ ਨਗਰ ਦਾ ਬਿਲਡਿੰਗ ਕੰਟਰੋਲ ਲੈਣ ਨੂੰ ਬਿਲਕੁਲ ਤਿਆਰ ਹੈ, ਪਰ ਤੁਸੀਂ ਇਹ ਸਾਨੂੰ ਤਸਦੀਕ ਕਰਕੇ ਦਿੱਤਾ ਜਾਵੇ ਵੀ ਇੱਥੇ ਜਿਹੜੀਆਂ ਵੀ ਬਿਲਡਿੰਗਾਂ ਹੈਗੀਆਂ ਉਹਨਾਂ ਦੇ ਬਾਈਲਾਜ਼ ਦੇ ਮੁਤਾਬਕ ਕੋਈ ਵਾਇਲੇਸ਼ਨ ਨਹੀਂ ਹੈਗੀ, ਵੀ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਹੈਗੀ, ਕਿਉਂਕਿ ਇਹ ਜਿਹੜੀ ਤੁਸੀਂ ਮੇਜਰ ਇਸ਼ੂ ਤੁਹਾਡਾ ਹੈਗਾ ਸ਼ੋਪਿੰਗ ਕੰਪਲੈਕਸ ਦੇ ਅੰਦਰ, ਕਿਉਂਕਿ ਇਹ ਅਲੋਟਮੈਂਟ ਹੀ ਉਹਨਾਂ ਵੱਲੋਂ ਕੀਤੀ ਗਈ ਹੈ, ਐਗਰੀਮੈਂਟਸ ਜੋ ਵੀ ਇਹਨਾਂ ਦੀਆਂ ਸ਼ਰਤਾਂ ਹੈਗੀਆਂ ਉਹਦੇ 'ਚ ਨਿਰਧਾਰਿਤ ਹੈ, ਉਹਨਾਂ ਨੂੰ ਇਹ ਆਪਣੇ ਅਲੋਟੀਆਂ ਨੂੰ ਇਹ ਡਾਇਰੈਕਸ਼ਨ ਜਾਰੀ ਕਰਨੀ ਚਾਹੀਦੀ ਹੈ ਵੀ ਹਦਾਇਤਾਂ ਦੇ ਅੰਦਰ ਅੰਦਰ ਹੀ ਇਹਦੀ ਵਰਤੋਂ ਕੀਤੀ ਜਾਵੇ, ਪਬਲਿਕ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਲੋਕਾਂ ਦੀਆਂ ਸਹੂਲਤਾਂ ਲਈ ਬਣਾਏ ਬਰਾਂਡਿਆਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਚੁਕਾਉਣ ਦੀ ਥਾਂ ਜਦੋਂ ਨਗਰ ਸੁਧਾਰ ਟਰੱਸਟ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਇੱਕ ਦੂਜੇ 'ਤੇ ਜ਼ਿੰਮੇਵਾਰੀ ਸੁੱਟ ਰਹੇ ਨੇ, ਤੇ ਫਿਰ ਅਜਿਹੇ ਵਿੱਚ ਜਨਤਾ ਦੇ ਹੱਕਾਂ ਦੀ ਰਾਖੀ ਆਖਿਰਕਾਰ ਕੌਣ ਕਰੇਗਾ? ਇਹ ਰੂਪਨਗਰ ਪ੍ਰਸ਼ਾਸਨ ਅਤੇ ਸਰਕਾਰ ਲਈ ਵੱਡਾ ਸਵਾਲ ਹੈ। ਸਟਾਰ ਕੈਨੇਡਾ ਟੀਵੀ ਲਈ ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਸਟਾਰ ਅਪਡੇਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ, ਹੁਣ ਮੈਨੂੰ ਦੇ ਇਜਾਜ਼ਤ, ਧੰਨਵਾਦ।